ਯੂਪੀ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਵੀਰਵਾਰ ਨੂੰ 53 ਹਲਕਿਆਂ ਦੇ ਵਿੱਚ 61% ਤੋਂ ਵੱਧ VOTING ਦਰਜ ਕੀਤੀ ਗਈ ਹੈ ਇਸ ਹਨ ਕੋਈ ਥਾਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਮੁਹੱਬਾ ਸ਼ਹਿਰ ਵਿੱਚ ਸੱਪਾ ਤੇ ਬਸਪਾ ਦੇ ਹਮਾਇਤੀਆਂ ਦਰਮਿਆਨ ਗੋਲੀ ਚੰਨਣ ਕਾਰਨ 3 ਜਣੇ ਜ਼ਖਮੀ ਹੋ ਗਏ ਪੁਲਿਸ ਮੁਤਾਬਕ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਅਤੇ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ ਸੂਬੇ ਦੇ ਪਛੜੇ ਇਲਾਕੇ ਬੰਦੇਲਖੰਡ ਦੇ ਨਾਲ ਸੰਬੰਧਿਤ 12 ਜ਼ਿਲ੍ਹਿਆਂ ਵਿੱਚ ਫੈਲੇ ਇਹਨਾਂ ਹਲਕਿਆਂ ਦੇ ਵੋਟਰਾਂ ਦਾ ਫਤਵਾ ਹਾਕਮ ਤੇ ਸੱਪਾ ਅਤੇ ਮੁੱਖ ਵਿਰੋਧੀ ਬਸਪਾ ਲਈ ਬਹੁਤ ਅਹਿਮियत ਰੱਖਦਾ ਹੈ ਕਿਉਂਕਿ ਪਿਛਲੀਆਂ ਚੋਣਾਂ ਵਿੱਚ ਇਹਨਾਂ ਨੇ ਇਥੋਂ 53 ਵਿੱਚੋਂ ਕਰੀਬ 40 ਸੀਟਾਂ ਜਿੱਤੀਆਂ ਸਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੁਮਾਇੰਦਗੀ ਵਾਲਾ ਲੋਕ ਸਭਾ ਹਲਕਾ ਰਾਇਬਰੇਲੀ ਵੀ ਇਸੇ ਗ੍ਰੇਡ ਵਿੱਚ ਸ਼ਾਮਲ ਹੈ